ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਸਭ ਦਾ ਪੰਜਾਬੀ ਵਲੌਗ ਚੈਨਲ ਦੇ ਵਿੱਚ। ਅੱਜ ਬਣਾਵਾਂਗੇ ਆਲੂ ਭਿੰਡੀ ਦੀ ਬਹੁਤ ਹੀ ਟੇਸਟੀ ਚਟਪਟੀ ਮਸਾਲੇਦਾਰ ਸਬਜ਼ੀ, ਜਿਸ ਨੂੰ ਬਣਾ ਕੇ ਤੁਸੀਂ ਰੋਟੀ, ਪਰਾਂਠੇ ਜਾਂ ਫਿਰ ਲੰਚ ਬਾਕਸ ਵਿੱਚ ਵੀ ਰੱਖ ਸਕਦੇ ਹੋ। ਚਲੋ ਜੀ, ਫਿਰ ਕਰਦੇ ਹਾਂ ਆਪਾਂ ਅੱਜ ਦੀ ਰੈਸਪੀ ਸਟਾਰਟ। 200 ਗ੍ਰਾਮ ਮੈਂ ਫਰੈਸ਼ ਭਿੰਡੀ ਲਈ ਸੀ, ਜਿਹਨੂੰ 2-3 ਵਾਰ ਵਾਸ਼ ਕਰਕੇ ਕੱਪੜੇ ਨਾਲ ਸਾਫ਼ ਕਰਕੇ ਪੂੰਝ ਲਿਆ। ਉਸ ਤੋਂ ਬਾਅਦ 1 ਤੋਂ 1.5 ਇੰਚ ਟੁਕੜਿਆਂ ਦੇ ਵਿੱਚ ਇਹਨੂੰ ਕੱਟ ਲਿਆ। ਚੰਗੀ ਤਰ੍ਹਾਂ ਚੈੱਕ ਕਰਕੇ ਭਿੰਡੀ ਨੂੰ ਤੁਸੀਂ ਕੱਟਣਾ ਤਾਂ ਕਿ ਖਰਾਬ ਨਾ ਹੋਏ। 4 ਮੀਡੀਅਮ ਸਾਈਜ਼ ਦੇ ਆਲੂ ਲਏ ਸੀ, ਜਿਹਨੂੰ ਛਿੱਲ ਕੇ ਵਾਸ਼ ਕਰਨ ਤੋਂ ਬਾਅਦ ਲੰਬੇ ਟੁਕੜਿਆਂ ਵਿੱਚ ਕੱਟ ਲਿਆ। ਹੁਣ ਇੱਕ ਕੜਾਹੀ ਲਵਾਂਗੇ। ਕੜਾਹੀ ਵਿੱਚ 1 ਕੌਲੀ ਭਰ ਕੇ ਸਰ੍ਹੋਂ ਦਾ ਤੇਲ ਪਾ ਦਿੱਤਾ ਮੈਂ। ਜਦੋਂ ਤੇਲ ਗਰਮ ਹੋ ਗਿਆ ਫਿਰ ਉਸ ਤੋਂ ਬਾਅਦ ਆਲੂ ਪਾ ਕੇ ਆਲੂ ਨੂੰ ਆਪਾਂ 3 ਤੋਂ 4 ਮਿੰਟ ਤੱਕ ਫਰਾਈ ਕਰਨਾ। ਆਲੂ ਅਤੇ ਭਿੰਡੀ ਫਰਾਈ ਕਰਕੇ ਬਣਾਵਾਂਗੇ, ਬਹੁਤ ਹੀ ਜ਼ਿਆਦਾ ਵਧੀਆ ਇਹ ਸਬਜ਼ੀ ਬਣ ਕੇ ਤਿਆਰ ਹੁੰਦੀ ਆ। 2-3 ਵਾਰ ਇਹਨੂੰ ਮਿਕਸ ਕਰਾਂਗੇ। ਆਲੂ ਦੀ ਉੱਪਰ ਵਾਲੀ ਲੇਅਰ ਜਿਹੜੀ ਉਹ ਥੋੜ੍ਹੀ ਕ੍ਰਿਸਪੀ ਹੋ ਜਾਵੇ, ਆਲੂ ਦਾ ਕਲਰ ਚੇਂਜ ਹੋ ਜਾਵੇ, ਅਤੇ ਆਲੂ ਨੂੰ ਆਪਾਂ 80 ਤੋਂ 85% ਤੱਕ ਕੁੱਕ ਕਰਨਾ, ਯਾਨੀ ਫਰਾਈ ਕਰਨਾ। ਅਤੇ ਆਲੂ ਦਾ ਥੋੜ੍ਹਾ ਕਲਰ ਚੇਂਜ ਹੋ ਗਿਆ ਅਤੇ ਆਲੂ ਆਪਣੇ ਫਰਾਈ ਹੋ ਗਿਆ, ਅਤੇ ਆਪਾਂ ਆਲੂ ਨੂੰ ਹੁਣ 1 ਪਲੇਟ ਵਿੱਚ ਕੱਟ ਲੈਂਦੇ ਹਾਂ। ਕੜਾਹੀ 'ਚੋਂ ਤੇਲ ਮੈਂ ਥੋੜ੍ਹਾ ਘੱਟ ਕਰ ਦਿੱਤਾ। ਹੁਣ ਭਿੰਡੀ ਨੂੰ ਫਰਾਈ ਕਰ ਲਾਂਗੇ, ਮਿਕਸ ਕਰ ਦਾਂਗੇ। ਅਤੇ ਭਿੰਡੀ ਨੂੰ ਵੀ ਆਪਾਂ 3 ਤੋਂ 4 ਮਿੰਟ ਤੱਕ ਫਰਾਈ ਕਰਨਾ। ਭਿੰਡੀ ਥੋੜ੍ਹੀ ਸੌਫਟ ਹੋ ਜਾਵੇ ਅਤੇ ਭਿੰਡੀ ਦਾ ਕਲਰ ਵੀ ਥੋੜ੍ਹਾ ਚੇਂਜ ਹੋ ਜਾਊਗਾ। ਭਿੰਡੀ ਨੂੰ ਫਰਾਈ ਕਰਨ ਵਾਸਤੇ ਫਲੇਮ ਆਪਾਂ ਥੋੜ੍ਹੀ ਘੱਟ ਹੀ ਰੱਖਾਂਗੇ, ਅਤੇ ਆਲੂ ਨੂੰ ਮੈਂ ਹਾਈ ਫਲੇਮ 'ਤੇ ਫਰਾਈ ਕੀਤਾ। ਭਿੰਡੀ ਦਾ ਕਲਰ ਚੇਂਜ ਹੋ ਗਿਆ, ਭਿੰਡੀ ਸੌਫਟ ਵੀ ਹੋ ਗਈ ਹੈ, ਯਾਨੀ ਵਧੀਆ ਕਰਕੇ ਭਿੰਡੀ ਆਪਣੀ ਪੱਕ ਚੁੱਕੀ ਆ। ਅਤੇ ਹੁਣ ਇਹਨੂੰ ਵੀ ਆਪਾਂ ਪਲੇਟ 'ਚ ਕੱਢ ਦਾਂਗੇ। ਵਾਪਸ ਮੈਂ 2 ਚਮਚ ਤੇਲ ਪਾਇਆ, 2 ਪਿੰਚ ਹਿੰਗ ਪਾ ਦਾਂਗੇ ਇਹਦੇ ਵਿੱਚ ਤੇਲ ਜਦੋਂ ਗਰਮ ਹੋ ਜਾਵੇ। ਉਸ ਤੋਂ ਬਾਅਦ 1 ਚਮਚ ਜ਼ੀਰਾ ਪਾ ਦਾਂਗੇ। 2 ਵੱਡੇ ਸਾਈਜ਼ ਦੇ ਮੈਂ ਪਿਆਜ਼ ਲਏ ਆ, ਜਿਹਨੂੰ ਵਾਸ਼ ਕਰਕੇ ਸਲਾਈਜ਼ ਵਿੱਚ ਕੱਟ ਲਿਆ। ਹੁਣ ਪਿਆਜ਼ ਨੂੰ ਆਪਾਂ 2 ਤੋਂ 3 ਮਿੰਟ ਤੱਕ ਵਧੀਆ ਕਰਕੇ ਫਰਾਈ ਕਰ ਲਾਂਗੇ। ਪਿਆਜ਼ ਦਾ ਥੋੜ੍ਹਾ ਕਲਰ ਚੇਂਜ ਹੋ ਜਾਵੇ, ਨਾਲੇ ਪਿਆਜ਼ ਆਪਣੇ ਥੋੜ੍ਹੇ ਸੌਫਟ ਹੋ ਜਾਣਗੇ। 2 ਤੋਂ 3 ਮਿੰਟ ਤੱਕ ਪਿਆਜ਼ ਨੂੰ ਮੈਂ ਵਧੀਆ ਕਰਕੇ ਫਰਾਈ ਕਰ ਲਿਆ, ਇਹ ਸੌਫਟ ਹੋ ਗਿਆ। ਹੁਣ ਇਹਦੇ ਵਿੱਚ ਫਰਾਈ ਕੀਤੇ ਹੋਏ ਆਲੂ ਅਤੇ ਭਿੰਡੀ ਪਾ ਦਾਂਗੇ। ਫਲੇਮ ਨੂੰ ਆਪਾਂ ਥੋੜ੍ਹਾ ਸਲੋ ਹੀ ਰੱਖਣਾ, ਕਿਉਂਕਿ ਜਿਹੜੇ ਆਪਣੇ ਭਿੰਡੀ ਅਤੇ ਆਲੂ ਆ ਪਹਿਲਾਂ ਤੋਂ ਫਰਾਈ ਹੋਏ ਆ। ਚੰਗੀ ਤਰ੍ਹਾਂ ਪਿਆਜ਼ ਦੇ ਨਾਲ ਮਿਕਸ ਕਰ ਦਾਂਗੇ। ਸਬਜ਼ੀ ਸਾਰੀ ਮਿਕਸ ਕਰਨ ਤੋਂ ਬਾਅਦ ਹੁਣ ਇਹਦੇ ਵਿੱਚ ਪਾਵਾਂਗੇ ਮਸਾਲੇ। 1 ਚਮਚ ਭਰ ਕੇ ਮੈਂ ਨਮਕ ਪਾ ਰਹੀ ਹਾਂ। ਤੁਸੀਂ ਇਸ ਸਬਜ਼ੀ ਨੂੰ ਥੋੜ੍ਹਾ ਸਪਾਈਸੀ ਜਿਹਾ ਬਣਾ ਕੇ ਤਿਆਰ ਕਰਿਓ। ਅਤੇ ਹੁਣ ਪਾਵਾਂਗੇ 1 ਛੋਟਾ ਚਮਚ ਲਾਲ ਮਿਰਚ ਪਾਊਡਰ, 1/2 ਚਮਚ ਗਰਮ ਮਸਾਲਾ, 1 ਚਮਚ ਧਨੀਆ ਪਾਊਡਰ, 1 ਛੋਟਾ ਚਮਚ ਹਲਦੀ ਪਾਊਡਰ। ਤੁਸੀਂ ਇਹਦੇ ਵਿੱਚ ਆਮਚੂਰ ਪਾਊਡਰ ਵੀ ਪਾ ਸਕਦੇ ਹਾਂ। ਅਤੇ ਚੰਗੀ ਤਰ੍ਹਾਂ ਮਸਾਲਿਆਂ ਨੂੰ ਸਬਜ਼ੀ ਦੇ ਵਿੱਚ ਮਿਲਾ ਦਾਂਗੇ। ਫਲੇਮ ਜਿਹੜੀ ਉਹ ਇਸ ਟਾਈਮ ਮੈਂ ਬਿਲਕੁਲ ਘੱਟ ਕੀਤੀ ਹੋਈ ਆ। ਮਸਾਲੇ ਸਾਰੇ ਮਿਕਸ ਹੋ ਗਿਆ। ਹੁਣ 1 ਟਮਾਟਰ ਲਿਆ ਜਿਹਦੇ ਸੀਡਸ ਕੱਟ ਲਏ ਆ ਮੈਂ, ਅਤੇ 2 ਤੋਂ 3 ਹਰੀਆਂ ਮਿਰਚਾਂ ਜਿਹਨੂੰ ਸਲਾਈਜ਼ ਵਿੱਚ ਕੱਟ ਲਿਆ। ਇਹ ਆਪਾਂ ਪਾ ਕੇ 1 ਵਾਰ ਹਲਕਾ ਜਿਹਾ ਮਿਕਸ ਕਰ ਦਾਂਗੇ, ਅਤੇ ਸਬਜ਼ੀ ਨੂੰ ਢੱਕ ਦਾਂਗੇ 2 ਤੋਂ 3 ਮਿੰਟ ਵਾਸਤੇ ਇੱਕਦਮ ਸਲੋ ਫਲੇਮ 'ਤੇ। ਵਿੱਚੋਂ 1 ਵਾਰ ਤੁਸੀਂ ਮਿਲਾ ਵੀ ਸਕਦੇ ਹਾਂ ਸਬਜ਼ੀ ਨੂੰ। 2 ਤੋਂ 3 ਮਿੰਟ ਬਾਅਦ ਢੱਕਣ ਹਟਾ ਕੇ ਸਬਜ਼ੀ ਨੂੰ ਚੈੱਕ ਕਰ ਲੈਂਦੇ ਹਾਂ। ਸਬਜ਼ੀ ਨੇ ਤੇਲ ਛੱਡ ਦਿੱਤਾ, ਇਹਦਾ ਮਤਲਬ ਕਿ ਸਬਜ਼ੀ ਆਪਣੀ ਬਣ ਕੇ ਤਿਆਰ ਹੈ। ਗੈਸ ਨੂੰ ਬੰਦ ਕਰ ਦਾਂਗੇ। ਲਾਸਟ ਵਿੱਚ ਆਪਾਂ ਥੋੜ੍ਹਾ ਜਿਹਾ ਹਰਾ ਧਨੀਆ ਪਾ ਕੇ ਸਬਜ਼ੀ ਨੂੰ 1 ਵਾਰ ਮਿਕਸ ਕਰ ਦਾਂਗੇ। ਬਹੁਤ ਹੀ ਜ਼ਿਆਦਾ ਟੇਸਟੀ ਚਟਪਟੀ ਮਸਾਲੇਦਾਰ ਆਲੂ ਭਿੰਡੀ ਫਰਾਈ ਬਣ ਕੇ ਤਿਆਰ ਆ। ਅਤੇ ਤੁਸੀਂ ਇਸ ਸਬਜ਼ੀ ਨੂੰ ਬਣਾ ਕੇ ਬੱਚਿਆਂ ਦੇ ਲੰਚ ਬਾਕਸ ਵਿੱਚ ਵੀ ਰੱਖ ਸਕਦੇ ਹਾਂ, ਰੋਟੀ ਪਰਾਂਠੇ ਨਾਲ, ਜਾਂ ਫਿਰ ਲੰਚ ਡਿਨਰ ਵਾਸਤੇ ਵੀ ਤੁਸੀਂ ਇਸ ਸਬਜ਼ੀ ਨੂੰ ਟਰਾਈ ਕਰ ਸਕਦੇ ਹਾਂ। ਬਹੁਤ ਹੀ ਜ਼ਿਆਦਾ ਵਧੀਆ ਸਬਜ਼ੀ ਬਣੀ ਆ, ਤੁਸੀਂ ਵੀ 1 ਵਾਰ ਘਰ ਵਿੱਚ ਜ਼ਰੂਰ ਟਰਾਈ ਕਰਨਾ। ਕਿਵੇਂ ਦੀ ਲੱਗੀ ਤੁਹਾਨੂੰ ਸਾਡੀ ਅੱਜ ਦੀ ਇਹ ਰੈਸਪੀ, ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦੇਣਾ ਆਪਣੀ ਫੈਮਿਲੀ ਅਤੇ ਫਰੈਂਡਸ ਦੇ ਨਾਲ। ਮਿਲਾਂਗੇ ਤੁਹਾਨੂੰ ਇੱਕ ਹੋਰ ਵਧੀਆ ਜਿਹੀ ਰੈਸਪੀ ਦੇ ਨਾਲ।